जय श्री कृष्णा, जय श्री राधे। ठाकुर जी का आशीर्वाद सदा सब पर बना रहे, बांके बिहारी कृपा सदा सब पर बनी रहे। दोस्तों, आज मैं थोड़े नाल विचार रखन नूं नहीं, मेरा बड़ा ही मन दुख रहा, मन बड़ा ही भारी है कि मेरा शेरा वर्गा भरा सुधीर कुमार सूरी अंबरसर तो, मतलब लॉयन ऑफ शिवसेना, बड़ा ही दुख है, मन बहुत ही भावुक है, दस नहीं सकता, बस मन भर गया फिर भी कि मैं अपने दोस्तों नाल विचार रखा, दोस्तों नाल गल करा, दोस्तों नूं दसा कि हिंदू पंजाब दे विच सेफ नहीं रहा, हिंदू पंजाब दे विच सेफ नहीं रहा। बड़ा ही मन भरिया जिहदी मां दा पुत्र जांदा है, जिहदे प्यो दा सारे जिहदे प्यो दा साया चला गया, अज मतलब मेरे को विचार ही नहीं है कि मैं अज तुहाडे नाल खुल के ओह जी गल्लां कर सका, मन अशांत हो गया, अशांत। शेरा वर्गा मेरा भरा छड़ के तुहानू चला गया, मन अजात हो गया। यही वाक्य 2016 च 2020 च मेरे नाल होया सीगा, पर मैं अपना मन नहीं भर रहा। चलो विचार, चलो हो जाता जी का भरा जरा चले जा, दुख तो उस चीज का लगता ही लगता है कि सुती सरकार है और हिंदुआ मरवाणा है, तुम हिंदुआ मरवाणा चाहते हो, चाहे मोदी साहब है, पीएम साहब है, तुम हिंदुआ मरवाणा चाहते हो। रोज कोई ना कोई हिंदू टारगेट हो रहा, मैं पिछे पिट रहा सीगा, कह रहा सीगा कि अमृतपाल वर्गे बंदे नू अरेस्ट करो, अरेस्ट करो, अरेस्ट करो, क्यों नहीं कर रहे जी रेस्ट। मेरा मन अज तरी भर गया, मन ये किसी मां का पुत्र चला गया, साडा भरा सानू चढ़ के चला गया, क्यों नहीं दुख लगेगा मैनू, मेरा मन क्यों नहीं भरेगा। इसलिए अज मेरा मन भरेगा बोल रहा कि हिंदू जागो, हिंदू जागो, हिंदू जागो, दसो इन्हों कि असं भी कुछ है, दसो इन्हों शेरा वगू जाग के कि असं भी कोई ना कुछ है, कद तक चुप रहोगे, असीं गोलियां कहनू मिलती हैं, असीं गोलियां नहीं खानियां, इन्हों दस रहे कि हर टाइम हिंदू टारगेट नहीं होएगा, हर टाइम हिंदू टारगेट नहीं होएगा, इन्हों दस रहे। मन मेरा बहुत भर गया, इन्हों दस रहे अज कि साडा शेरा वर्गा भरा देखो कि नहीं, मैं कहता पिछे तुरका गुस्ता जड़ा पुत्र का प्यो जरा सा भरा
ਕੱਟੂਗਾ, ਧਰਨਾ ਲਾਊਗਾ। ਹਿੰਦੂਆਂ ਨੂੰ ਤੁਸੀਂ ਮਰਵਾਣਾ, ਆਪ ਹੀ ਮਾਰ ਦਿਓ ਹਿੰਦੂਆਂ ਨੂੰ, ਆਪ ਹੀ ਮਾਰੋ ਹਿੰਦੂਆਂ ਨੂੰ। ਅਸੀਂ ਚੁੱਪ ਬਿਲਕੁਲ ਨਹੀਂ ਰਹਿਣਾ, ਕੱਲ ਕੋਈ ਡਰਗੇ, ਕੱਲ ਕੋਈ ਡਰਗੇ, ਮੇਰੇ ਵੀ ਪਰਿਵਾਰ, ਮੇਰੇ ਵੀ ਘਰ ਪਰਿਵਾਰ ਖਰਾਬ। ਅੱਜ ਧੋਖਾ ਲੱਗਦਾ, ਮੈਂ ਵੀ ਆਪਣੇ ਬੱਚਿਆਂ ਤੋਂ ਦੂਰ ਬੈਠਾ। ਅੱਜ ਦੇਖੋ ਉਹਦੇ ਬੱਚੇ ਸੂਰੀ ਸਾਹਿਬ ਦੇ ਕਿੱਦਾਂ ਨਾਥ ਹੋ ਗਏ ਵਿਚਾਰੇ, ਪਰ ਨਹੀਂ, ਹਿੰਦੂ ਸਮਾਜ ਸੂਰੀ ਸਾਹਿਬ ਤੁਹਾਡਾ ਪੁਤਲਾ ਲੈ ਕੇ ਛੱਡੇਗਾ, ਨਹੀਂ ਚੁੱਪ ਰਹੂੰਗਾ, ਮਰਦਾ ਮਰ ਜਾਏਗਾ ਵੀ ਤਰੋੜਾ, ਪਰ ਚੁੱਪ ਨਹੀਂ ਰਹੇਗਾ। ਹਰ ਰੋਜ਼ ਹਿੰਦੂ ਬੰਦੇ ਨਾਲ ਹੈ, ਹਰ ਰੋਜ਼ ਹਿੰਦੂ ਬੰਦੇ ਨਾਲ ਹੈ ਵੀ, ਜਿਹਦੇ ਨਾਲ ਦੁੱਖ, ਜਿਹਦੇ ਨਾਲ ਸਰਕਾਰਾਂ ਨੇ ਧੱਕੇ ਕੀਤੇ, ਅੱਤਵਾਦੀਆਂ ਨੇ ਗੋਲੀਆਂ ਮਾਰੀਆਂ, ਹਰ ਰੋਜ਼ ਹਿੰਦੂ ਬੰਦੇ ਨਾਲ ਹੈ। ਮਨ ਇੰਨਾ ਭਰਿਆ ਪਿਆ, ਚੁੱਪ ਨਹੀਂ ਰਹੂਗਾ, ਸਰਕਾਰ ਨੂੰ ਜਗਾਊਗਾ, ਜਗਾਊਗਾ ਸਰਕਾਰ ਨੂੰ, ਚੁੱਪ ਨਹੀਂ ਰਹੂਗਾ। ਸੁੱਤੀ ਸਰਕਾਰ ਜਾਗ, ਸੁੱਤੀ ਸਰਕਾਰ ਜਾਗ, ਸੁੱਤੀ ਸਰਕਾਰ ਜਾਗ। ਮੋਦੀ ਸਾਹਿਬ ਤੁਹਾਨੂੰ ਹਿੰਦੂਆਂ ਨੇ ਵੋਟਾਂ ਪਾਈਆਂ, ਪਰ ਤੁਸੀਂ ਪੰਜਾਬ ਦੇ ਵਿੱਚ ਸ਼ਰੇਆਮ ਹਿੰਦੂ ਪਰਿਵਾਰ ਹੋ। ਮਾਨ ਸਾਹਿਬ ਤੁਹਾਨੂੰ ਹਿੰਦੂਆਂ ਨੇ ਵੋਟਾਂ ਪਾਈਆਂ, ਤੁਸੀਂ ਪੰਜਾਬ ਦੇ ਵਿੱਚ ਹਿੰਦੂ ਪਰਿਵਾਰ ਹੋ, ਪਰਿਵਾਰ ਹੋ ਤੁਸੀਂ, ਪਰ ਚੁੱਪ ਨਹੀਂ ਰਹੇਗਾ ਵਿਤਰੋੜਾ। ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਚੁੱਪ ਨਹੀਂ ਰਹੇਗਾ ਸਰਕਾਰ ਦੀ, ਇੱਟ ਨਾਲ ਇੱਟ ਵਜਾਊਂਗਾ, ਛੱਡੂਗਾ ਨਹੀਂ। ਔਰ ਇਹ ਦੱਸਾਂਗੇ ਇਹਨਾਂ ਨੂੰ ਕਿ ਹਿੰਦੂ ਡਰਦਾ ਨਹੀਂ ਹੈ, ਸ਼ੇਰ ਹੈ ਸ਼ੇਰ, ਹਿੰਦੂ ਨਹੀਂ ਡਰਦਾ। ਸਾਡਾ ਸ਼ੇਰਾਂ ਵਰਗਾ ਭਰਾ ਚਲਾ ਗਿਆ, ਉਹਦੇ ਛੋਟੇ ਭਰਾ ਸ਼ੇਰ ਸੈਨਿਕ ਅਜੇ ਵੀ ਦਮ ਤਾਕਤ ਰੱਖਦੇ ਹੈ, ਪਰਵਾਹ ਵੀ ਕਰਦੇ, ਮਾਰਨੀਆਂ ਗੋਲੀਆਂ ਉਹ ਮੇਰੇ ਮਾਰੋ। ਮੈਂ ਤੁਹਾਨੂੰ ਦੱਸਾਂ ਪੰਜਾਬੀ ਸਾਹਮਣੇ ਆ ਕੇ ਵੱਜੋ, ਤੁਹਾਨੂੰ ਦੱਸਦਾ ਸਾਹਮਣੇ ਆ ਕੇ ਕਿ ਸ਼ੇਰ ਕੀ ਹੁੰਦਾ, ਲੋਇਨ ਕੀ ਹੁੰਦਾ ਮਿੱਤਰੋੜਾ, ਤੁਹਾਨੂੰ ਦੱਸਦਾ ਤੁਹਾਡਾ ਜਵਾਬ ਦੇਗਾ ਮਿੱਤਰੋੜਾ। ਜੇ ਤੁਸੀਂ ਚਰਾਣੀਆਂ ਜਾਣਦੇ ਹੋ, ਹੱਥ ਅਸੀਂ ਵੀ ਨਹੀਂ ਚੁੜਦੇ, ਅਸੀਂ ਵੀ ਚਰਾਣੀਆਂ ਜਾਣਦੇ, ਤੁਹਾਨੂੰ ਛੱਡਣਾ ਨਹੀਂ। ਤੁਸੀਂ ਪਿੱਠ ਪਿੱਛੇ ਮਾਰਨ ਵਾਲੇ ਬੰਦੇ ਹੋ, ਪਿੱਠ ਪਿੱਛੇ, ਚੁੱਪ ਨਹੀਂ ਰਹੇਗਾ ਮਿੱਤਰੋੜਾ, ਚੁੱਪ ਨਹੀਂ ਰਹੇਗਾ। ਸੁੱਤੀ ਸਰਕਾਰ ਨੂੰ ਜਗਾਏਗਾ ਮਿੱਤਰੋੜਾ, ਜਗਾਏਗਾ। ਮਾਨ ਸਾਹਿਬ ਸੀਐਮ ਦੇ ਸਾਹਿਬ ਦੇ ਬਾਹਰ ਧਰਨਾ ਲਗਾਇਆ ਜਾਏਗਾ, ਪੁੱਛਿਆ ਜਾਏਗਾ ਸਰਕਾਰ ਨੂੰ, ਤੁਸੀਂ ਗੋਲੀਆਂ ਮਾਰ ਦਿਓ ਸਾਡੇ, ਤੁਸੀਂ ਸਾਡੇ ਨਾਲ ਤਾਂ ਵਿਤਕਰਾ ਕਿਉਂ ਕਰਦੇ ਹੋ, 60% ਅਸੀਂ ਵੋਟ, ਅਸੀਂ ਲੋਕ ਟਾਰਗੇਟ ਤੇ ਕਿਉਂ ਪੰਜਾਬ 'ਚ ਕਿਉਂ ਟਾਰਗੇਟ ਤੇ, ਕਿਉਂਕਿ ਅਸੀਂ ਹਿੰਦੂ ਹਿੱਤ ਦੀ ਆਵਾਜ਼ ਚੱਕਦੇ ਹਾਂ, ਅਸੀਂ ਗਊ ਮਾਤਾ ਰਕਸ਼ਾ ਦੀ ਆਵਾਜ਼ ਚੱਕਦੇ ਹਾਂ, ਅਸੀਂ ਆਪਣੇ ਮੰਦਰਾਂ ਵਾਸਤੇ ਆਵਾਜ਼ ਚੱਕਦੇ ਹਾਂ, ਅਸੀਂ ਆਪਣੇ ਹਿੰਦੂ ਹਿੱਤ ਭਾਈਚਾਰੇ ਨੂੰ ਇਕੱਠੇ ਕਰਨ ਦੀ ਆਵਾਜ਼ ਚੱਕਦੇ ਹਾਂ। ਕਿੰਨੀ ਵਾਰੀ ਮੈਂ ਕਹਿ ਚੁੱਕਾ, ਹਿੰਦੂ ਸਿੱਖ ਦੋ ਮਾਂ ਦਾ ਰਿਸ਼ਤਾ, ਪਰ ਇਹ ਕੁਛ ਕੱਟੜਵਾਦੀ ਲੋਕ ਸਿਮਰਜੀਤ ਸਿੰਘ ਮਾਨ ਵਰਗੇ, ਅੰਮ੍ਰਿਤਪਾਲ ਵਰਗੇ, ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ, ਪੰਜਾਬ ਦਾ ਮਾਹੌਲ। ਮਾਨ ਸਾਹਿਬ ਤੁਸੀਂ ਆਪ ਦੇਖ ਲਓ, ਸਰਕਾਰ ਫੇਰ, ਸਰਕਾਰ ਫੇਰ, ਸਰਕਾਰ ਫੇਰ, ਸਰਕਾਰ ਹੈ ਪੰਜਾਬ ਦੇ ਵਿੱਚ, ਕਿਉਂ ਚੁੱਪ ਰਵਾਂ ਮੈਂ ਦੱਸੋ, ਕਿਉਂ ਕਿਉਂ ਚੁੱਪ ਰਵਾਂ। ਅੱਜ ਮਨ 'ਚ ਬੜਾ ਹੀ ਮਨ ਭਰਿਆ ਜਦੋਂ ਖਬਰ ਸੁਣੀ, ਮੇਰਾ ਸ਼ੇਰਾਂ ਵਰਗਾ ਭਰਾ ਦਲੇਰ, ਜਿਹੜਾ ਸ਼ੇਰਾਂ ਵਰਗਾ ਭਰਾ ਦਲੇਰ, ਜਿਹੜਾ ਸਾਨੂੰ ਛੱਡ ਕੇ ਚਲਾ ਗਿਆ, ਪਰ ਚੁੱਪ ਨਹੀਂ ਰਿਹਾ ਜਾਏਗਾ, ਚੁੱਪ ਨਹੀਂ ਰਿਹਾ ਜਾਏਗਾ। ਮੈਂ ਫਿਰ ਕਹਿ ਰਿਹਾ, ਅੱਜ ਹਿੰਦੂ ਸਮਾਜ, ਮੈਂ ਇਹ ਵੀ ਕਹਿੰਦਾ, ਚਾਹੇ ਸ਼ਿਵ ਸੈਨਾ, ਚਾਹੇ ਮੇਰਾ ਹਿੰਦੂ ਭਾਈਚਾਰੇ, ਜਿੰਨੇ ਵੀ ਮੇਰੇ ਭਰਾ ਨੇ, ਇਕੱਠੇ ਹੋ ਜਾਓ, ਹੋ ਜਾਣਾ, ਕਹੋ ਕਿ ਮੈਂ ਪ੍ਰਧਾਨ, ਇਕੱਠੇ ਹੋ ਜਾਓ, ਜਵਾਬ ਦਈਏ ਇਹਨਾਂ ਦਾ ਅਸੀਂ, ਕਿਉਂਕਿ ਸਾਡੇ ਵਰਗੀ ਕੌਮ, ਹਿੰਦੂ ਕੌਮ, ਸ਼ੇਰਾਂ ਦੀ ਕੌਮ ਹੈ, ਅਸੀਂ ਗਿੱਦੜਾਂ ਤੋਂ ਡਰਦੇ ਕਿਉਂ ਆ, ਪਿੱਠ ਪਿੱਛੇ ਵਾਰ ਕਰਦੇ, ਸਾਡੀ ਪਿੱਠ 'ਤੇ ਗੋਲੀਆਂ ਮਾਰਦੇ ਹੈ। ਉਹ ਸਾਹਮਣੇ ਵੱਜੋ, ਸਾਹਮਣੇ ਕਹਿ ਕੇ, ਟਾਈਮ ਤੁਹਾਡਾ, ਵਕਤ ਤੁਹਾਡਾ, ਜਗ੍ਹਾ ਵੀ ਤੁਹਾਡੀ, ਦਿਓ ਟਾਈਮ ਮੈਨੂੰ, ਮੈਂ ਆਊਂਗਾ। ਅਮਿਤ ਤੋੜਾ ਆਏਗਾ, ਬਖਸ਼ੇਗਾ ਨਹੀਂ, ਠੋਕ ਕੇ ਕਹਿੰਦਾ ਹੈ, ਠੋਕ ਕੇ ਜਾਏਗੀ ਮੇਰੇ ਭਰਾ ਦੀ, ਮੇਰੇ ਸੂਰੀ ਸਾਹਿਬ ਦੀ ਕੁਰਬਾਨੀ ਵਿਅਰਥ ਨਹੀਂ ਕੀਤੀ ਜਾਏਗੀ, ਬਖਸ਼ਿਆ ਨਹੀਂ ਜਾਏਗਾ। ਮਾਨ ਸਾਹਿਬ, ਸੀਐਮ ਸਾਹਿਬ, ਤੁਹਾਡੀ ਕੋਠੀ ਦੇ ਬਾਹਰ ਆ ਕੇ ਮੈਂ ਬੈਠੂੰਗਾ, ਧਰਨਾ ਲਗਾਊਂਗਾ ਕਿ ਹਿੰਦੂਆਂ ਨੂੰ ਜੇ ਮਰਵਾਣਾ, ਤੁਸੀਂ ਆਪ ਹੀ ਮਰਵਾ ਦਿਓ, ਸਾਨੂੰ ਪੰਜਾਬ ਤੁਸੀਂ ਨਹੀਂ ਰਹਿਣ ਦੇਣਾ, ਨਾ ਰਹਿਣ ਦਿਓ, ਪਰ ਸਾਡੇ ਤਾਂ ਗੋਲੀਆਂ ਨਾ ਵਜਵਾਓ, ਸਾਡੇ 'ਤੇ ਤਾਂ ਹਮਲੇ ਨਾ ਕਰਵਾਓ, ਕਿ ਲੋਕ, ਇਹ ਲੋਕ ਪਿੱਠ ਪਿੱਛੇ ਆ ਕੇ ਗੋਲੀਆਂ ਮਾਰਦੇ ਹੈ। ਇਹ ਸ਼ੇਰਾਂ ਦੀ ਕੌਮ ਹੈ, ਹਿੰਦੂ ਸ਼ੇਰਾਂ ਦੀ। ਔਰ ਮੇਰਾ ਭਰਾ ਜਿਹੜਾ ਵੀ ਹਿੰਦੂ ਹੈ, ਹੁਣ ਹੋ ਜਾਓ ਇੱਕ ਮੰਚ 'ਤੇ, ਮੇਰਾ ਨੰਬਰ ਨੋਟ ਕਰ ਲਓ, ਮੇਰਾ ਨੰਬਰ 91-370-90-1000, 91-370। ਸਾਰੇ ਭਰਾਵਾਂ ਨੇ ਇਹ ਤਾਂ ਇੱਕ ਦੂਜੇ
ਬਾਰੇ ਗਰਜਣਾ ਮਨ ਤੇ ਭਰਿਆ ਸੀਗਾ ਪਰ ਆਪਣੇ ਮਨ ਦੀ ਪੜਾ ਕਿਤਾ ਕਰ ਮੇਰੇ ਭਰਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੇਰੇ ਠਾਕੁਰ ਜੀ ਮੇਰੇ ਕਿਰਪਾ ਕਰਨ ਵੈਕੁੰਠ ਧਾਮ ਖੁੱਲਿਓ ਉਹਦੇ ਲਈ ਕਿਉਂਕਿ ਉਹਨੇ ਹਿੰਦੂ ਧਰਮ ਲਈ ਜਾਨ ਦਿੱਤੀ ਹੈ ਹਿੰਦੂ ਧਰਮ ਲਈ ਔਰ ਧਰਮ ਲਈ ਜਾਨ ਕਦੇ ਵਿਅਰਥ ਨਹੀਂ ਜਾਂਦੀ ਉਹਨੇ ਧਰਮ ਲਈ ਜਾਨ ਦਿੱਤੀ ਹੈ ਧਰਮ ਲਈ ਔਰ ਧਰਮ ਲਈ ਜਾਨ ਕਦੀ ਵਿਅਰਥ ਨਹੀਂ ਜਾਂਦੀ ਹਿੰਦੂ ਧਰਮ ਜਿੰਦਾਬਾਦ ਹਿੰਦੂ ਰਾਸ਼ਟਰ ਜਿੰਦਾਬਾਦ ਹਿੰਦੂ ਰਾਸ਼ਟਰ ਬਣ ਕੇ ਰਹੇਗਾ ਜਿੰਨੀਆਂ ਕੁਰਬਾਨੀਆਂ ਸਾਡੀਆਂ ਹੋਈਆਂ ਇਹ ਹਿੰਦੂ ਰਾਸ਼ਟਰ ਲਈ ਹੋ ਰਹੀਆਂ ਹਿੰਦੂ ਰਾਸ਼ਟਰ ਲਈ ਜੈ ਸ਼੍ਰੀ ਰਾਮ।